ਜਿਵੇਂ ਤੇਰਾ ਚੱਲਦਾ ਚਲਾਈ ਜਾ ਐਵੇਂ ਹਰੇਕ ਨਾਲ ਨਾ ਸਿੰਘ ਫਸਾਈ ਜਾ ਕਰਕੇ ਇੰਜੀਨੀਅਰਿੰਗ ਇਹ ਨਾ ਸੋਚੀ ਬਦਮਾਸ਼ੀ ਦੀ ਡਿਗਰੀ ਆ ਗਈ ਉਹ ਤਾਂ ਬਹੁਤ ਦੂਰ ਖੜੀ ਹੈ ਤਾਂ ਹੀ ਹਰੇਕ ਜਗ੍ਹਾ ਜਾ ਕੇ ਮੈਨੂੰ ਨਿੰਦੀ ਜਾਣਾ ਕਿਉਂਕਿ ਮਿਰਚ ਦਾ ਤੇਰੇ ਲੜੀ ਹੈ ਸਾਡੇ ਭਰਾ ਦੀ ਰਿਸਪੈਕਟ ਵਿੱਚ ਦੋ ਗੱਲਾਂ ਮੂਸੇ ਵਾਲੇ ਦੀ ਰਿਸਪੈਕਟ ਵਿੱਚ ਓਏ ਅਸੀਂ ਜਿੱਤਦੇ ਤਾਂ ਆ ਕਿਉਂਕਿ ਅਸੀਂ ਹਾਰਨ ਤੋਂ ਨਹੀਂ ਡਰਦੇ ਆਲਵੇਜ਼ ਰਿਸਪੈਕਟ ਆ ਬਾਈ ਦੀ ਮੂਸੇ ਵਾਲਾ ਜ਼ਿੰਦਾਬਾਦ ਭਰਾ ਸਾਡਾ ਛੋਟਾ ਦੋਸਤੋ ਟਿਕਟੋਕ ਪੰਜਾਬੀ ਸਟਾਰ ਕਹੀ ਜਾਣ ਵਾਲੀ ਐਸ਼ਲੀਨ ਨੂੰ ਹੁਣ ਸਿੱਧੂ ਮੂਸੇਵਾਲੇ ਦੇ ਭਰਾ ਨੇ ਠੋਕਵਾਂ ਜਵਾਬ ਦੇ ਦਿੱਤਾ ਹੈ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਇਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਸਿੱਧੂ ਮੂਸੇਵਾਲਾ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਹੀ ਸਿੱਧੂ ਮੂਸੇਵਾਲਾ ਦੇ ਫੈਨਸ ਵਿੱਚ ਕਾਫੀ ਗੁੱਸਾ ਦੇਖਿਆ ਗਿਆ ਇਹ ਗੁੱਸਾ ਇਸ ਲਈ ਸੀ ਕਿਉਂਕਿ ਟਿਕਟੋਕ ਸਟਾਰ ਐਸ਼ਲੀਨ ਨੇ ਆਪਣੇ ਅਕਾਊਂਟ ਤੋਂ ਕਰਨ ਔਜਲਾ ਦੀ ਸਪੋਰਟ ਤੇ ਇਨਡਾਇਰੈਕਟ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਜਵਾਬ ਦਿੱਤਾ ਐਸ਼ਲੀਨ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਵੀ ਆਪਣੇ ਅਕਾਊਂਟ ਤੋਂ ਸ਼ੇਅਰ ਕੀਤਾ ਸੀ ਪਰ ਫਿਰ ਉਹਨਾਂ ਨੇ ਡਿਲੀਟ ਵੀ ਕਰ ਦਿੱਤਾ ਖਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਸੀ ਕਿ ਸਿੱਧੂ ਦੇ ਫੈਨਸ ਵੱਲੋਂ ਉਸ ਗਾਣੇ ਦੇ ਉੱਪਰ ਵੀ ਕਾਫੀ ਕਮੈਂਟ ਦੇਖਣ ਨੂੰ ਮਿਲੇ ਸਨ ਜਿਸ ਕਰਕੇ ਐਸ਼ਲੀਨ ਨੇ ਕਰਨ ਔਜਲਾ ਦੀ ਸਪੋਰਟ ਕਰ ਦਿੱਤੀ ਇਸ ਮਾਮਲੇ ਤੋਂ ਬਾਅਦ ਜਿੱਥੇ ਸਿੱਧੂ ਮੂਸੇਵਾਲਾ ਖੁਦ ਤਾਂ ਕੁਝ ਵੀ ਨਹੀਂ ਬੋਲੇ ਪਰ ਸਿੱਧੂ ਦੇ ਭਰਾ ਨੇ ਐਸ਼ਲੀਨ ਨੂੰ ਠੋਕ ਕੇ ਜਵਾਬ ਦਿੱਤਾ ਹੈ ਸੋਸ਼ਲ ਮੀਡੀਆ ਤੋਂ ਹੀ ਇੱਕ ਲੜਕੇ ਨੇ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਐਸ਼ਲੀਨ ਨੂੰ ਜਵਾਬ ਦੇਣ ਲਈ ਇਹ ਰਸਤਾ ਸਹੀ ਸਮਝਿਆ ਜੋ ਕਿ ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸਾਡੇ ਭਰਾ ਦੀ ਰਿਸਪੈਕਟ ਵਿੱਚ ਦੋ ਗੱਲਾਂ ਮੂਸੇਵਾਲੇ ਦੀ ਰਿਸਪੈਕਟ ਵਿੱਚ ਓਏ ਅਸੀਂ ਜਿੱਤਦੇ ਤਾਂ ਆ ਕਿਉਂਕਿ ਅਸੀਂ ਹਾਰਨ ਤੋਂ ਨਹੀਂ ਡਰਦੇ ਆਲਵੇਜ਼ ਰਿਸਪੈਕਟ ਆ ਬਾਈ ਦੀ ਮੂਸੇਵਾਲਾ ਜ਼ਿੰਦਾਬਾਦ ਭਰਾ ਸਾਡਾ ਛੋਟਾ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਇਸ ਲੜਕੇ ਦਾ ਕਹਿਣਾ ਕਿ ਸਿੱਧੂ ਮੂਸੇਵਾਲਾ ਉਹਨਾਂ ਦਾ ਭਰਾ ਹੈ ਪਰ ਸਿੱਧੂ ਦੀ ਇਸ ਲੜਕੇ ਨਾਲ ਕੀ ਰਿਸ਼ਤੇਦਾਰੀ ਹੈ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਲੜਕੇ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਦੀ ਆਪਣੇ ਛੋਟੇ ਭਰਾ ਯਾਨੀ ਸਿੱਧੂ ਮੂਸੇਵਾਲ ਨੂੰ ਖੁੱਲ੍ਹ ਕੇ ਪੂਰੀ ਤਰ੍ਹਾਂ ਸਪੋਰਟ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਿੱਧੂ ਦੇ ਕਈ ਫੈਨਸ ਵੱਲੋਂ ਉਹਨਾਂ ਦੀ ਸਪੋਰਟ ਵਿੱਚ ਸੋਸ਼ਲ ਮੀਡੀਆ ਉੱਪਰ ਹੀ ਕਾਫੀ ਸਾਰੀਆਂ ਵੀਡੀਓਜ਼ ਪਾਈਆਂ ਗਈਆਂ ਇਸ ਵਿੱਚ ਸਭ ਨੇ ਹੀ ਐਸ਼ਲੀਨ ਨੂੰ ਜਵਾਬ ਦਿੱਤਾ ਕਿ ਕਰਨ ਔਜਲਾ ਕਦੇ ਵੀ ਸਿੱਧੂ ਮੂਸੇਵਾਲ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਿੱਧੂ ਸਭ ਤੋਂ ਵੱਖਰੇ ਹਨ ਉੱਥੇ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਪੂਰੇ ਮਸਲੇ ਉੱਪਰ ਐਸ਼ਲੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਂ ਜਵਾਬ ਨਹੀਂ ਦਿੱਤਾ ਗਿਆ ਸ਼ਾਇਦ ਉਹ ਕੋਈ ਜਵਾਬ ਦੇਣਾ ਹੀ ਨਹੀਂ ਚਾਹੁੰਦੇ ਦੋਸਤੋ ਤੁਹਾਨੂੰ ਇੱਥੇ ਕੀ ਲੱਗਦਾ ਕਿ ਇਹ ਲੜਕੇ ਨੇ ਸਿੱਧੂ ਦੀ ਸਪੋਰਟ ਵਿੱਚ ਜੋ ਕੁਝ ਵੀ ਕਿਹਾ ਕਿ ਉਹ ਬਿਲਕੁਲ ਸਹੀ ਹੋਵੇਗਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ